ਸਤਿ ਸ਼੍ਰੀ ਅਕਾਲ ਮੈਂ ਹਾਂ ਨੇਹਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਲੁਧਿਆਣਾ ਜ਼ਿਲ੍ਹਾ ਦੇ ਜਗਰਾਉਂ ਵਿੱਚ ਹੀਰਾ ਬਾਗ ਸਥਿਤ ਐਨਆਰਆਈ ਪਰਿਵਾਰ ਦੀ ਕੋਠੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅੱਜ ਵੀਰਵਾਰ ਨੂੰ ਖਤਮ ਹੋ ਗਿਆ। ਪੁਲਿਸ ਪ੍ਰਸ਼ਾਸਨ ਨੇ ਕੋਠੀ ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਤੋਂ ਚਾਬੀਆਂ ਲੈ ਕੇ ਐਨਆਰਆਈ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ ਅਤੇ ਪਰਿਵਾਰ ਨੂੰ ਕੋਠੀ ਦਾ ਕਬਜ਼ਾ ਵੀ ਦਿਵਾ ਦਿੱਤਾ ਗਿਆ। ਪਰੰਤੂ ਐਨਆਰਆਈ ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇਹ ਫਰਜ਼ੀਵਾੜਾ ਕਰਕੇ ਕੋਠੀ ਤੇ ਨਜਾਇਜ਼ ਕਬਜ਼ਾ ਕੀਤਾ ਹੈ ਉਹਨਾਂ ਖਿਲਾਫ਼ ਪੰਜਾਬ ਸਰਕਾਰ ਬਣਦੀ ਕਾਨੂੰਨੀ ਕਾਰਵਾਈ ਕਰੇ। ਐਨਆਰਆਈ ਮਹਿਲਾ ਨੇ ਅੱਗੇ ਕਿਹਾ ਕਿ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ, ਉਹਨਾਂ ਦੇ ਪਤੀ ਸੁਖਵਿੰਦਰ ਸਿੰਘ, ਉਹਨਾਂ ਦੇ ਕਰੀਬੀ ਅਸ਼ੋਕ ਕੁਮਾਰ ਅਤੇ ਕਰਮ ਸਿੰਘ ਖਿਲਾਫ਼ ਵੀ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਵਿਵਾਦਤ ਕੋਠੀ ਦਾ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ, ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਦਖਲ ਅੰਦਾਜ਼ੀ ਤੋਂ ਬਾਅਦ ਸੁਲਝਿਆ। ਉਹਨਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੇ ਨਿਰਦੇਸ਼ ਦਿੱਤੇ ਸਨ। ਲੁਧਿਆਣਾ ਪੁਲਿਸ ਦੇ ਐਸਪੀ ਨੇ ਕਿਹਾ ਕਿ ਕੋਠੀ ਦੇ ਕਬਜ਼ੇ ਦਾ ਵਿਵਾਦ ਖਤਮ ਹੋ ਗਿਆ ਤੇ ਉਹਨਾਂ ਨੇ ਖੁਦ ਐਨਆਰਆਈ ਬਜ਼ੁਰਗ ਅਮਰਜੀਤ ਕੌਰ ਨੂੰ ਕੋਠੀ ਦੀਆਂ ਚਾਬੀਆਂ ਸੌਂਪ ਦਿੱਤੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪਰਿਵਾਰ ਚਾਹੇ ਤਾਂ ਫਰਜ਼ੀਵਾੜਾ ਕਰਨ ਵਾਲਿਆਂ ਖਿਲਾਫ਼ ਉਹ ਕੇਸ ਕਰ ਸਕਦਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਹਨਾਂ ਨੂੰ ਸਭ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੱਲੋਂ ਦਸਤਾਰ ਭੇਂਟ ਕੀਤੀ ਗਈ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਸਿੰਘ ਸਾਹਿਬ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੀਰਵਾਰ ਨੂੰ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਪੰਥਕ ਜਥੇਬੰਦੀਆਂ, ਨਿਹੰਗ ਸਿੰਘ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਸਣੇ ਪੰਥਕ ਆਗੂਆਂ, ਸੰਤ ਮਹਾਂਪੁਰਸ਼ਾਂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ। ਜ਼ਿਕਰਯੋਗ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਉਹਨਾਂ ਨੇ ਸੰਨ 1999 ਵਿੱਚ ਗ੍ਰੰਥੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਇਸੇ ਦੌਰਾਨ 21 ਅਪ੍ਰੈਲ 2014 ਨੂੰ ਗਿਆਨੀ ਰਘਬੀਰ ਸਿੰਘ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਨਿਯੁਕਤ ਹੋਏ ਤੇ 24 ਅਗਸਤ 2017 ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ ਸੀ। ਧਿਆਨ ਰਹੇ ਕਿ ਲੰਘੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਗਾਉਣ ਸੰਬੰਧੀ ਫੈਸਲਾ ਲਿਆ ਗਿਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੀਰਵਾਰ ਨੂੰ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕਰਦਾ ਕਿ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ। ਇਸ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਵਿਦੇਸ਼ ਦੌਰੇ ਤੇ ਗਏ ਸਨ ਤਾਂ ਉਹਨਾਂ ਮੁੱਖ ਸਕੱਤਰ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਤੋਂ ਸੇਵਾ ਮੁਕਤ ਹੋਣਾ ਚਾਹੁੰਦੇ ਹਨ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਦੋਵਾਂ ਤਖ਼ਤਾਂ ਦੀ ਸੇਵਾ ਵਾਪਸ ਲੈਣ ਲਈ ਵੀ ਆਖਿਆ ਸੀ ਤੇ ਉਹਨਾਂ ਸਪਸ਼ਟ ਕੀਤਾ ਕਿ ਮੈਨੂੰ ਜਥੇਦਾਰ ਤੋਂ ਧੱਕੇ ਨਾਲ ਨਹੀਂ ਹਟਾਇਆ ਗਿਆ, ਬਲਕਿ ਮੈਂ ਹੀ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ। ਉਹਨਾਂ ਨੂੰ ਜਦੋਂ ਰਾਘਵ ਚੱਡਾ ਨਾਲ ਜੁੜੇ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ, ਸ਼੍ਰੋਮਣੀ ਕਮੇਟੀ ਨੇ ਜੋ ਕੀਤਾ ਆਪਣੇ ਹਿਸਾਬ ਨਾਲ ਠੀਕ ਕੀਤਾ ਹੈ ਤੇ ਉਹਨਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਹ ਅਹੁਦਾ ਛੱਡ ਕੇ ਬੇਹੱਦ ਸੰਤੁਸ਼ਟ ਹਾਂ। ਗੁਰਦੁਆਰਾ ਐਕਟ ਵਿੱਚ ਸੋਧ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ 1925 ਗੁਰਦੁਆਰਾ ਸੋਧ ਐਕਟ ਦਾ ਮਜ਼ਾਕ ਬਣਾਇਆ ਗਿਆ ਤੇ ਇਸ ਵਿੱਚ ਸੋਧ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਚਰਚਾ ਕਰਨਾ ਚਾਹੀਦਾ ਸੀ। ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਆਉਂਦੀ 30 ਜੂਨ ਨੂੰ ਰਿਟਾਇਰ ਹੋ ਰਹੇ ਹਨ। ਪੰਜਾਬ ਸਰਕਾਰ ਜੰਜੂਆ ਲਈ ਐਕਸਟੈਂਸ਼ਨ ਚਾਹੁੰਦੀ ਸੀ, ਪਰ UPSC ਉਹਨਾਂ ਨੂੰ ਐਕਸਟੈਂਸ਼ਨ ਦੇਣ ਦੇ ਮੂਡ ਵਿੱਚ ਨਹੀਂ ਦਿਸ ਰਹੀ ਹੈ। ਇਸ ਨੂੰ ਦੇਖਦੇ ਹੋਏ VK ਜੰਜੂਆ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਅਹੁਦੇ ਦੇ ਲਈ ਅਪਲਾਈ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਚੀਫ ਸੈਕਟਰੀ ਜਾਂ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਨਵੇਂ ਚੀਫ ਸੈਕਟਰੀ ਦੇ ਅਹੁਦੇ ਲਈ ਕਿਸੇ ਅਹਿਮ ਅਫਸਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਅਫਸਰਾਂ ਦੀ ਲਿਸਟ ਵੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ IAS ਅਧਿਕਾਰੀਆਂ ਦੀ ਲਿਸਟ ਵਿੱਚ VK ਜੰਜੂਆ ਤੋਂ ਬਾਅਦ ਐਡੀਸ਼ਨਲ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ KAP ਸਿਨਹਾ ਦਾ ਨਾਮ ਸਭ ਤੋਂ ਉੱਪਰ ਚੱਲਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ IAS ਲੌਬੀ ਵਿੱਚ ਵੀ ਇਹਨਾਂ ਦੋ ਅਫਸਰਾਂ ਦੇ ਨਾਵਾਂ ਸੰਬੰਧੀ ਜ਼ਿਆਦਾ ਚਰਚਾ ਚੱਲ ਰਹੀ ਹੈ, ਪਰ ਅਜੇ ਤੱਕ ਸਰਕਾਰ ਵੱਲੋਂ ਇਸ ਸੰਬੰਧੀ ਕੁਝ ਵੀ ਨਹੀਂ ਕੀਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਜੰਜੂਆ ਨੂੰ ਐਕਸਟੈਂਸ਼ਨ ਦਵਾ ਸਕੇਗੀ ਜਾਂ ਫਿਰ ਉਹਨਾਂ ਦੀ ਜਗ੍ਹਾ ਕੋਈ ਹੋਰ ਅਫਸਰ ਚੀਫ ਸੈਕਟਰੀ ਬਣੇਗਾ।
नरेंद्र मोदी की अगवाई वाली केंद्र सरकार दे बिजली मंत्रालय ने एक हुक्म जारी कर दिया। नंद लाल शर्मा नूं भाखड़ा ब्यास मैनेजमेंट बोर्ड यानी BBMB दे चेयरमैन का एडिशनल चार्ज सौंप दिता है। उन्होंने 1 जुलाई तो 3 महीने नियुक्त किया गया है। नंद लाल शर्मा इस वेले सतलुज विद्युत निगम लिमिटेड के चेयरमैन हैं, जो 1 जुलाई तो BBMB दे चेयरमैन का वाधू चार्ज संभालणगे। जिक्रयोग है कि BBMB दे मौजूदा चेयरमैन संजय श्रीवास्तवा 30 जून नूं सेवा मुक्त हो रहे हैं, जो पहला सेंट्रल रेगुलेटरी अथॉरिटी विच मुख इंजीनियर सन। यह भी चर्चा चल रही है कि पंजाब सरकार BBMB दे मामले विच चुप है ते केंद्र सरकार लगातार इस विच घुसपैठ करन विच लगी हुई है। केंद्र सरकार ने पहला पंजाब कोलों BBMB दी स्थाई प्रतिनिधता भी खो ली है ते इह मैंबर लाउण वास्ते शर्तां भी अजिहियां निर्धारित कीतियां हन, जिस विच पंजाब तों कोई भी इंजीनियर योग नहीं हो सकता। यह भी दसनयोग है कि केंद्र BBMB की सुरक्षा केंद्रीय बलों के हवाले करने का फैसला पहला ही ले चुका है। भारत दियां प्रमुख विरोधी पार्टियां दे नेता आगामी लोक सभा चोणां विच केंद्र विचों भाजपा नूं लांबे करन अते सरकार विरुद्ध मजबूत विरोधी धिर बनाउण दे उद्देश नाल शुक्रवार नूं पटना विच विचार वटांदरा करनगे ते प्रधानमंत्री नरेंद्र मोदी दी अगवाई हेठली सरकार खिलाफ मजबूत विरोधी मोर्चा बनाउण लई रणनीति तैयार करनगे। जानकारी मुताबिक विरोधी मोर्चे दी अगवाई वर्गे सवाल नूं पासे रख के गल्लबात दा मुख केंद्र भाजपा नूं सत्ता तों लांबे करना होवेगा। बैठक विच कांग्रेस दे प्रधान मल्लिकार्जुन खड़गे, राहुल गांधी, पछमी बंगाल दे मुख मंत्री ममता बैनर्जी, दिल्ली दे मुख मंत्री अते आम आदमी पार्टी दे कन्वीनर अरविंद केजरीवाल, झारखंड दे मुख मंत्री हेमंत सोरेन, समाजवादी पार्टी दे मुखी अखिलेश यादव, महाराष्ट्र दे साबका मुख मंत्री उद्धव ठाकरे अते राष्ट्रवादी कांग्रेस पार्टी दे प्रधान शरद पवार शामिल हो रहे हन। बैठक दी मेजबानी बिहार दे मुख मंत्री नीतीश कुमार ते उप मुख मंत्री तेजस्वी यादव कर रहे हन। अमेरिकी राष्ट्रपति जो बाइडन अते प्रथम महिला जिल बाइडन ने व्हाइट हाउस विच प्रधानमंत्री नरेंद्र मोदी लई निजी रात दे खाने दी मेजबानी कीती। इस दौरान उन्होंने कई विषयां ते चर्चा कीती अते एक दूजे नूं तोहफे दित्ते। राष्ट्रपति अते प्रथम महिला ने व्हाइट हाउस दे दक्षिणी पोर्टिको विच प्रधानमंत्री मोदी दा स्वागत कीता। डिनर मौके भारत दे नैशनल सिक्योरिटी एडवाइजर अजीत डोभाल अते अमेरिका दे NSA जे सुलिवन भी मौजूद रहे। इस मौके नरेंद्र मोदी ने अमेरिका दी प्रथम महिला जिल बाइडन नूं 7.5 कैरेट दा ग्रीन डायमंड गिफ्ट कीता। इस दौरान राष्ट्रपति बाइडन ने भी 10 प्रिंसिपल्स ऑफ उपनिषद किताब दे फर्स्ट एडिशन दे नाल ही मैसूर दे चंदन तो बनया एक खास बॉक्स PM मोदी नूं गिफ्ट कीता, जिस नूं जयपुर दे कारीगरां ने बनाया है। मैसूर दे चंदन तो बने खास बॉक्स विच 10 डब्बियां हन। इन्हां विच पंजाब दा घी, राजस्थान दे हाथ नाल बनया होया 24 कैरेट होलमार्क वाला सोने का सिक्का, महाराष्ट्र का गुड़, उत्तराखंड का चावल, तमिलनाडु का तिल, कर्नाटक के मैसूर के चंदन का टुकड़ा, पछमी बंगाल के कारीगरां का बनाया होया चांदी का नारियल, गुजरात का नमक, राजस्थानी कारीगरां का बनाया 99.5% शुद्ध चांदी का सिक्का भी है। भारत दे देसी लड़ाकू जहाज़ तेजस का नाम तो तुसी सुनिया ही होवेगा, परंतु तुहानू यह शायद नहीं पता होवेगा कि तेजस लड़ाकू जहाज़ विच लग्या इंजन अमेरिकी कंपनी जनरल इलैक्ट्रिक GE ने बनाया है। अज वीरवार अमेरिका विच प्रधानमंत्री नरेंद्र मोदी की मौजूदगी विच लड़ाकू जहाज़ दे इंजन बनाने वाली जनरल इलैक्ट्रिक दे नाल वड्डी डील हुई है। अमेरिका की जनरल इलैक्ट्रिक हुण हिंदुस्तान की एरोनॉटिक्स लिमिटेड यानी HAL नाल मिलके भारत विच ही लड़ाकू जहाज़ का इंजन बनाएगी। यह लड़ाकू इंजन तेजस मार्क 2 दे लई बनाया जाएगा। मार्क 2 तेजस का एडवांस मॉडल है ते इस विच EGF 414 इंजन लगना है। GE एरोस्पेस दे CEO H. Lawrence Kulp Jr. ने प्रधानमंत्री नरेंद्र मोदी दे अमेरिका दौरे दौरान हुए इस समझौते नूं इतिहासक दस्या है। यह समझौता EG अते HAL नाल लंबी साझेदारी मगरों ही संभव हो सकया है। फिलहाल अज दे बुलेटिन दे विच इन्ना ही। होर खबरां लई वेखदे रहो प्रवासी TV। मैं दे इजाजत, धन्यवाद।